ਵੈਲਕਮ ਜੀ ਪੰਜਾਬ ਪੀਕੇ ਦੀ ਟੀਮ ਵੱਲੋਂ ਖੁਸ਼ ਆਮਦੀਦ ਔਰ ਟੂਵਲ ਚਲਾਉਣ ਲੱਗੇ ਹਾਂ ਅਤੇ ਤੁਹਾਨੂੰ ਵਹਾਨੇ ਆ ਕਿ ਟੂਵਲ ਜਿਹੜਾ ਨਾ ਉਹ ਕਿੱਡੀ ਮਿਹਨਤ ਦਾ ਸਟਾਰਟ ਹੁੰਦਾ ਠੀਕ ਹੈ ਪਾਣੀ ਪਾਉਣਾ ਪੈਂਦਾ ਉਸ ਤੋਂ ਬਾਅਦ ਪਾਣੀ ਛਕਾਉਣਾ ਪੈਂਦਾ ਇਹ ਸਾਰਾ ਤੁਹਾਨੂੰ ਪ੍ਰੋਸੈਸ ਅੱਜ ਵਹਾਨੇ ਆ ਭਿੰਡੀਆਂ ਨੂੰ ਪਾਣੀ ਲਾਉਣਾ ਕੰਬਾਲ ਨੂੰ ਲਾਉਣਾ ਔਰ ਅੱਗੇ ਕੱਦੂਆਂ ਨੂੰ ਵੱਲ ਤੋਰੀਆਂ ਨੂੰ ਲੋਬੀਆਂ ਨੂੰ ਪਾਣੀ ਲਾਉਣਾ ਲਾਭ ਵੀ ਜੀ ਇਹਨੂੰ ਵੀ ਪਾਣੀ ਲਾਉਣਾ ਰਿਹਾਨ ਸਾਹਿਬ ਪਿੱਛੇ ਜਿਹੜੇ ਠੱਲ ਲਾਉਣ ਡੇ ਨੇ ਅਤੇ ਕੈਮਰਾਮੈਨ ਵਹਾਬ ਸਾਹਿਬ ਜਿਹੜੇ ਨੇ ਵੀਡੀਓ ਬਣਾ ਰਹੇ ਨੇ ਅਤੇ ਮੀਆਂ ਫਿਜ਼ਾਨ ਸਾਹਿਬ ਜਿਹੜੇ ਨਾ ਉਹ ਅੱਜ ਇੱਥੇ ਗੈਰ ਮੌਜੂਦ ਨੇ ਉਹ ਨਹੀਂ ਹੈ ਉਹਨਾਂ ਦੀ ਗਾਂ ਸੂਈ ਹੈ ਪਰ ਉਹ ਗਾਂ ਸੂਈ ਛੱਡ ਕੇ ਬੱਚੀ ਛੱਡ ਕੇ ਅਤੇ ਆਪੀ ਸਿਆਲਕੋਟ ਫਿਰਨ ਤੁਰ ਗਏ ਨੇ ਲਓ ਜੀ ਅੱਜ 22 ਜੂਨ ਹੈ ਗਰਮੀਆਂ ਦਾ ਯਾਨੀ ਕਿ ਸਾਲ ਦਾ ਕਹਿ ਲਓ ਕਿ ਸਭ ਤੋਂ ਵੱਡਾ ਦਿਨ 22 ਜੂਨ ਅੱਜ ਤੋਂ ਬਾਅਦ ਦਿਨ ਜਿਹੜੇ ਨਾ ਉਹ ਛੋਟੇ ਹੋਣੇ ਸ਼ੁਰੂ ਹੋ ਜਾਣੇ ਔਰ ਰਾਤਾਂ ਜਿਹੜੀਆਂ ਵੱਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਗਰਮੀ ਕਾਫੀ ਹੈ ਲੇਕਿਨ ਹੁਣ ਹਵਾ ਚੱਲ ਰਹੀ ਹੈ ਅੱਜ ਉਹਦੀ ਵਜ੍ਹਾ ਤੋਂ ਕੁਛ ਫਰਕ ਹੈ ਲਓ ਇਹ ਪੀਟਰ ਸਟਾਰਟ ਹੋ ਗਿਆ ਪਾਣੀ ਚੁੱਕ ਗਿਆ ਦੋ ਵਾਰੀ ਜਿਹੜਾ ਨਾ ਪੁੱਠਾ ਸਟਾਰਟ ਹੋਇਆ ਅਤੇ ਹੱਥੀ ਵਿੱਚੋਂ ਨਿਕਲ ਗਈ ਹੈ ਥੋੜ੍ਹਾ ਜਿਹਾ ਜ਼ਖਮ ਵੀ ਆ ਗਿਆ ਮੇਰੇ ਹੱਥ 'ਤੇ ਪਰ ਇਹ ਵੇਖ ਚਲੋ ਸਟਾਰਟ ਹੋ ਗਿਆ ਸਟਾਰਟ ਹੋ ਜਾਂਦਾ ਲੇਕਿਨ ਪਾਣੀ ਥੋੜ੍ਹਾ ਲੇਟ ਚੁੱਕਦਾ ਹਵਾ ਕਢਾਉਣੀ ਪੈਂਦੀ ਹੈ ਪਿਆਸ ਲੱਗ ਗਈ ਹੈ ਪਾਣੀ ਪੀਂਦੇ ਹਾਂ ਹੁਣ ਥੋੜ੍ਹਾ ਪਾਣੀ ਜਿਹੜਾ ਨਾ ਥੋੜ੍ਹਾ ਚੰਗੀ ਤਰ੍ਹਾਂ ਸਾਫ਼ ਹੋ ਲਏ ਥੋੜ੍ਹੀ ਬਹੁਤ ਜਿਹੜੀ ਰੇਤ ਆਉਂਦੀ ਹੈ ਨਾ ਉਹ ਨਿਕਲ ਜਾਏ ਠੰਡ ਪੈ ਗਈ ਹੈ